ਮਸ਼ਹੂਰ ਪੰਜਾਬੀ ਸੂਫੀ ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਪਹਿਲਾਂ ਤਾਂ ਵਿਦੇਸ਼ੀ ਧਰਤੀ 'ਤੇ ਗੁਰਦਾਸ ਮਾਨ ਦਾ ਵਿਰੋਧ ਦੇਖਣ ਨੂੰ ਮਿਲਿਆ ਅਤੇ ਹੁਣ ਪੰਜਾਬ 'ਚ ਵੀ ਸ਼ੁਰੂ ਹੋ ਗਿਆ। ਦਰਅਸਲ ਲੰਘੇ ਦਿਨ ਜਲੰਧਰ 'ਚ ਗੁਰਦਾਸ ਮਾਨ ਦੇ ਪੰਜਾਬੀ ਭਾਸ਼ਾ ਅਤੇ ਕਨੇਡਾ 'ਚ ਭੱਦੀ ਸ਼ਬਦਾਵਲੀ ਵਰਤਣ ਨੂੰ ਲੈ ਕੇ ਵਿਰੋਧ ਕੀਤਾ ਗਿਆ। ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਨਾਲ ਹੀ ਜੰਮ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਸੰਬੰਧੀ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਕਿਉਂਕਿ ਉਹ ਆਪ ਪੰਜਾਬੀਅਤ ਨਾਲ ਸੰਬੰਧ ਰੱਖਦੇ ਨੇ। ਨਾਲ ਹੀ ਉਹਨਾਂ ਕਿਹਾ ਕਿ ਜਦੋਂ ਤੱਕ ਗੁਰਦਾਸ ਮਾਨ ਸਮੁੱਚੇ ਪੰਜਾਬੀਆਂ ਤੋਂ ਮਾਫ਼ੀ ਨਹੀਂ ਮੰਗਦਾ ਉਦੋਂ ਤੱਕ ਇਹ ਵਿਰੋਧ ਜਾਰੀ ਰਹੇਗਾ। ਤੂੰ ਆਪਣੇ ਕਾ ਹਾਂ ਬਾਈ, ਹੁਣ ਮੇਰੀ ਇੱਕ ਗੱਲ ਹੋਰ ਸੁਣ ਲਓ। ਮੈਂ ਫਿਲਮ 'ਚ ਵੀ ਠੇਠ ਬੋਲੀ ਬੋਲੀ ਆ, ਜਿਹੜੇ ਜਿਹੜੇ ਨਿੱਕਾ ਜੈਲਦਾਰ 3 ਫਿਲਮ ਦੇਖ ਕੇ ਆਇਆ, ਮੈਂ ਵੱਡੇ ਪਰਦੇ 'ਤੇ ਵੀ ਆਪਦੀ ਪੰਜਾਬੀ ਮਾਂ ਬੋਲੀ ਮਾਲਵੇ ਵਾਲੀ ਠੇਠ ਬੋਲੀ ਬੋਲੀ ਆ। ਤੁਸੀਂ ਮੇਰੇ ਤੇ ਹੱਸਦੇ ਹੁੰਦੇ ਸੀ ਵੀ ਇੰਨੀ ਦੇਸੀ ਬੋਲੀ ਬੋਲਦਾ, ਪਰ ਮੈਂ ਕਦੇ ਸੰਗ ਨਹੀਂ ਮੰਨੀ ਸੀ ਆਪਦੀ ਠੇਠ ਬੋਲੀ ਬੋਲਣ ਤੋਂ। ਮੈਂ ਹੱਸੀ ਜਾਣ ਦੇ ਯਾਰ, ਤੁਸੀਂ ਹੁਣ ਮੈਨੂੰ ਗਾਲਾਂ ਵੀ ਕੱਢੋਗੇ, ਕੱਢੀ ਹੋ ਯਾਰ। ਗੱਲ ਤਾਂ ਇੱਕ ਗੱਲ ਇਹ ਆ, ਤੁਸੀਂ ਮੈਨੂੰ ਕਹਿੰਦੇ ਹੋਵੋਗੇ ਮਹਾਂ ਬਹੁਤ ਹੱਸਦੇ ਰਹੇ ਆ ਵੀ ਆਪਦੀ ਇਹ ਠੇਠ ਬੋਲੀ ਬੋਲਦਾ ਜੀ, ਇਹ ਮਾਲਵੇ ਵਾਲੀ ਦੇਸੀ ਬੋਲੀ ਬੋਲਦਾ ਗਾ, ਮੇਰੀ ਮੱਸੀ 'ਤੇ ਹੱਸੀ ਜਾਂਦੇ ਸੀ। ਹੱਸੀ ਆਓ ਯਾਰ, ਆਪਦੀ ਬੋਲੀ ਬੋਲਣ ਦਾ ਕੋਈ ਸੰਗ ਨਹੀਂ ਹੈਗੀ, ਮੈਨੂੰ ਕੋਈ ਚੱਕਰ ਨਹੀਂ। ਬਾਈ ਕਹਿੰਦਾ ਤੇਰੀ ਫਿਲਮ ਟੌਪ ਦੀ ਰਹੀ ਆ, ਠੀਕ ਆ ਬਾਈ। ਗੁਰਦਾਸ ਮਾਨ ਨੇ ਬਹੁਤ ਨਾਂ ਉੱਚਾ ਚੱਕਿਆ ਸੀ ਪਰ ਜਾਂਦਾ ਜਾਂਦਾ ਖੇਪ ਆ ਗਿਆ, ਬਹੁਤ ਮਾੜੀ ਗੱਲ ਆ ਉਹਦੀ। ਬਾਈ ਕਹਿੰਦਾ ਡੇਰਿਆਂ ਨੂੰ ਪ੍ਰਮੋਟ ਕਰਦਾ, ਬਾਈ ਮੈਂ ਡੇਰਿਆਂ ਦੀ ਨਹੀਂ ਗੱਲ ਕਰਨੀ ਚਾਹੁੰਦਾ, ਪਹਿਲਾਂ ਬੋਲੀ ਦੀ ਗੱਲ ਕਰਨੀ ਚਾਹੁੰਦੇ ਹਾਂ ਵੀ। ਫਿਰ ਤਾਂ ਐਂ ਕਰੋ, ਆਪਾਂ ਜੇ ਹਿੰਦੀ ਬੋਲੀ ਸਾਰੇ ਕਿਤੇ ਚਲਾਉਣੀ ਆ ਫਿਰ ਧੋਤੀਆਂ ਵੀ ਬੰਨਣ ਲੱਗ ਜਾਂਦੇ, ਸਾਰਾ ਜਗਾੜ ਹੀ ਬਦਲ ਦਿੰਦੇ ਆ। ਹੁਣ ਸੰਗਰੂਰ ਵਾਲੇ 30 ਬੋਲਦੇ ਆ, 30 ਕਿਉਂ ਨਾ ਬੋਲਣ, ਠੀਕ ਆ। ਉਹਨਾਂ ਦੀ ਬੋਲੀ ਆ, ਇਹਦੇ ਸੰਗ ਕੀ ਆ, ਮੈਂ ਆਪਦਾ ਜਮਾਂ ਦੇਸੀ ਬੋਲਦਾ ਯਾਰ, ਮੈਂ ਕਿਤੇ ਸੰਗ ਨਹੀਂ ਮੰਨੀ। ਹਾਲਾਂਕਿ ਤੁਸੀਂ ਮੇਰਾ ਮਜ਼ਾਕ ਉਡਾਉਂਦੇ ਆ, ਡਾਈ ਚੱਲੋ ਹੱਸੀ ਚੱਲੋ, ਪਰ ਮੈਂ ਆਪਦੀ ਬੋਲੀ ਬੋਲੂੰਗਾ। ਅਤੇ ਬਾਕੀ ਜਿਹੜੇ ਨਿਊਜ਼ ਚੈਨਲਾਂ ਨੂੰ ਮੈਂ ਕਹਿਣਾ ਗਾ ਵੀ ਆਹ ਮੇਰੀ ਖਬਰ ਲਾ ਦਿਓ, ਜੇ ਲਾਉਣੀ ਆ, ਨਹੀਂ ਲਾਉਣੀ ਤਾਂ ਮੈਨੂੰ ਐਂ ਕਰੋ ਅਖਬਾਰ ਦਾ ਐਡਮਿਨ ਲਾ ਦਿਓ। ਪਹਿਲਾਂ ਇਹ ਮੇਰੀਆਂ ਜਗਬਾਣੀ ਡੇਲੀ ਪੋਰਟ ਸਾਰੇ ਲਾਉਂਦੇ ਆ ਖਬਰਾਂ, ਪਰ ਜੇ ਆਹ ਲਾਉਣੀ ਆ ਤਾਂ ਵਧੀਆ ਰਹੋਗੇ, ਨਹੀਂ ਮੈਨੂੰ ਤੁਸੀਂ ਪੇਜ ਦਾ ਐਡਮਿਨ ਬਣਾਓ, ਮੈਂ ਆਪਦੀ ਖਬਰ ਆਪ ਹੀ ਲਾ ਲੂੰ, ਹੋਰ ਤਾਂ ਕੋਈ ਹੱਲ ਨਹੀਂ, ਠੀਕ ਆ। ਅਤੇ ਗੱਲ ਬਾਈ ਗੁਰਦਾਸ ਮਾਨ ਦੀ ਇਹ ਕਰਦਾ ਵੀ ਉਹਨੇ ਬਹੁਤ ਮਾੜੀ ਗੱਲ ਕੀਤੀ, ਅੱਜ ਵਾਲੇ ਸੋਚ ਵੀ ਕਹਿੰਦਾ ਬੱਤੀ ਬਣਾ ਕੇ ਲੈ ਲਓ ਯਾਰ, ਜਿਹੜੀ ਮਾਂ ਬੋਲੀ ਨੇ ਤੈਨੂੰ 3 ਪੀੜ੍ਹੀਆਂ ਦੀ ਰੋਟੀ ਦਿੱਤੀ ਆ, ਉਹਦੇ ਨਾਲ ਤੂੰ ਐਂ ਕਰਦਾ? ਮੈਨੂੰ ਤਾਂ ਐਂ ਲੱਗਦਾ ਵੀ ਇਹ ਐਂ ਚਾਹੁੰਦਾ ਗਾ, ਜਦੋਂ ਗਾਇਕ ਪੁਰਾਣੇ ਜਿਹੇ ਹੋ ਕੇ ਫੇਲ ਹੋ ਜਾਂਦਾ ਉਦੋਂ ਇਹਨਾਂ ਨੂੰ ਐਂ ਹੁੰਦਾ ਵੀ ਰਾਜਨੀਤੀ ਸਾਲ ਮਾਰਾਂਗੇ, ਇਹ ਚਾਹੁੰਦਾ ਵੀ ਭਾਜਪਾ ਟਿਕਟ ਦੇਵੇ, ਹੈ ਨਾ। ਅਤੇ ਤਾਂ ਹੀ ਹਿੰਦੀ ਹਿੰਦੀ ਬੋਲੀ ਕਰੀ ਜਾਂਦਾ, ਮਤਲਬ ਕੱਲ੍ਹ ਨੂੰ ਉਪ ਮੁੱਖ ਮੰਤਰੀ ਬਣਨ ਦੀ ਨਾ ਇਹਦੀ ਸਲਾਹ ਹੋਵੇ। ਭਾਈ ਸਾਹਿਬ ਕਹੀ ਜਾਂਦਾ ਗਾ, ਬੋਲੀ ਨੂੰ ਨਿੰਦੀ ਜਾਂਦਾ ਵੀ ਜਿਹੜੀ ਬੋਲੀ ਨੇ ਤੈਨੂੰ ਇੱਥੋਂ ਤੱਕ ਬਚਾਇਆ, ਇਹਦੀਆਂ ਗੱਲਾਂ ਹੋਰ ਤੁਹਾਨੂੰ ਸੁਣਾਉਣਾ। ਇਹਦਾ ਇੱਕ ਗਾਣਾ ਆਇਆ ਸੀ, ਪੰਜਾਬੀਏ ਜਵਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ, ਅਤੇ ਫਿਰ ਹੁਣ ਕੀ ਹੋ ਗਿਆ? ਇਹ ਬੋਲੀ ਨੂੰ ਐਂ ਕਹਿ ਰਿਹਾ ਨਾ, ਇਹ ਗਾਣਾ ਆਇਆ ਸੀ ਪੰਜਾਬੀਏ ਜਵਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ, ਚਿਹਰੀ ਪੈ ਫਿੱਕੀ ਪੈ ਗਈ ਚਿਹਰੇ ਦੀ ਨਿਹਾਰ। ਫਿਰ ਇਹਦਾ ਇੱਕ ਗਾਣਾ ਆਇਆ ਸੀ, ਘਰ ਦੀ ਸਰਾਬ ਹੋਵੇ ਮੂਲੀ ਨਾਲ ਗੰਢਾ ਹੋਵੇ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਂ ਹੋਵੇ, ਉਹ ਗਾਣਾ ਗਾਇਆ ਸੀ। ਇਦੋਂ ਬਾਅਦ ਪਹਿਲਾਂ ਤਾਂ ਗਾਣਾ ਇਹਨੇ ਨਸ਼ਿਆਂ ਨੂੰ ਪ੍ਰਮੋਟ ਕਰਤਾ, ਬਾਅਦ 'ਚ ਇਹਨੇ ਗਾਣਾ ਗਾਤਾ ਇੱਕ ਹੋਰ, ਕਹਿੰਦਾ ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਇਸ ਇਹਨੇ ਗਾਇਆ ਗੁਰਦਾਸ ਮਾਨ ਨੇ। ਇਹ ਯਾਰ ਦੋਗਲਾ ਕਿਰਦਾਰ ਨਿਭਾਉਂਦਾ, ਕਿਤੇ ਕਿੱਧਰ ਨੂੰ ਹੋ ਜਾਂਦਾ ਕਿਤੇ ਕਿੱਧਰ ਨੂੰ। ਮੈਨੂੰ ਲੱਗਦਾ ਵੀ ਜਾਂ ਹੁਣ ਹਿੰਦੀ ਗੀਤ ਗਾਉਣ ਦੀ ਸਲਾਹ ਨਾ ਹੋਵੇ ਵੀ ਉਹ ਇੰਡਸਟਰੀ 'ਚ ਵੱਧ ਪੈਸਾ ਬਣਦਾ। ਇਹ ਬਹੁਤ ਮਾੜੀ ਗੱਲ ਆ ਬਈ ਗੁਰਦਾਸ ਮਾਨ ਦੀ। ਹੁਣ ਮੇਰੀ ਬੋਲੀ ਦਾ ਤੁਸੀਂ ਇੰਨਾ ਮਜ਼ਾਕ ਉਡਾਉਂਦੇ ਹੋ ਵੀ ਦੇਸੀ ਬੋਲੀ ਜਾਂਦਾ, ਬਠਿੰਡੇ ਵਾਲੀ ਮਾਲਵੇ ਵਾਲੀ ਬੋਲੀ ਜਾਂਦਾ ਗਾ, ਮੈਂ ਆਪਦੀ ਬੋਲੀ ਬੋਲਣ ਤੋਂ ਕਦੇ ਸੰਗ ਨਹੀਂ ਮੰਨਦਾ। ਮੈਂ ਨਿੱਕਾ ਜੈਲਦਾਰ ਫਿਲਮ 'ਚ ਵੀ ਵੱਡੇ ਪਰਦੇ 'ਤੇ ਵੀ ਦੇਸੀ ਬੋਲੀ ਬੋਲੀ ਆ, ਆਪਦੀ ਬੋਲੀ ਦੀ ਕਾਹਦੀ ਸੰਗ ਆ? ਕੱਲ੍ਹ ਨੂੰ ਵਿੱਚ ਐਂ ਬੋਲੀਆਂ ਕਰਨੀਆਂ ਫਿਰ ਮਿਕਸ, ਧੋਤੀ ਬੰਨਣ ਲੱਗ ਜਾਂਦੇ ਆ, ਸਾਰਾ ਪਹਿਰਾਵਾ ਬਦਲ ਦਿੰਦੇ ਆ, ਸਾਰੀ ਦੁਨੀਆਂ 'ਚ ਇੱਕ ਬੋਲੀ ਚਲਾ ਲੈਂਦੇ ਹਾਂ, ਫਿਰ ਆਪਦੀਆਂ ਆਪਦੀਆਂ ਬੋਲੀਆਂ ਸੜ ਦਿਓ। ਜੇ ਤੁਸੀਂ ਆਪਦੀ ਬੋਲੀ ਸੜਤੀ ਜਮ੍ਹਾਂ ਖਤਮ ਹੋ ਜਾਓਗੇ। ਤੁਸੀਂ ਹੁਣ ਹੋਰ ਬੋਲੀਆਂ ਵਾਲੇ ਕਹਿੰਦੇ ਗੇਟ, ਮੈਂ ਕਹਿੰਦਾ ਬਾਰ, ਲੋਕ ਕਹਿੰਦੇ ਆ ਤਖਤਾ ਗੇਟ, ਮੈਂ ਕਹਿੰਦਾ ਬਾਰ ਵੀ, ਬਾਰ ਆ ਜਿਹੜਾ ਬਾਰ ਪਿੱਛੇ ਲੱਗਿਆ ਵਿਆ ਵੀ ਬਾਰ ਖੋਲ ਦਿਓ ਬੰਦ ਕਰ ਦਿਓ, ਮੈਂ ਸਿੱਧੀ ਦੇਸੀ ਬੋਲੀ ਬੋਲਦਾਂਗਾ, ਕੁਛ ਮਰਜ਼ੀ ਕਹੀ ਜਾਓ ਮੈਨੂੰ।
ਹਾਂ ਫਿਰ ਇਹ ਮੈਨੂੰ ਤਾਂ ਇਹੀ ਲੱਗਦਾ ਭਾਜਪਾ ਤੋਂ ਟਿਕਟ ਲੈਣ ਨੂੰ ਫਿਰਦਾ, ਮੈਂ ਜਮਾਂ ਸਿੱਧੀ ਸਿੱਧੀ ਬੋਲੀ ਬੋਲਦਾ ਯਾਰ, ਦੇਸੀ ਬਾਹਰ ਕਹਿਣਾ ਲਾ ਮੈਂ, ਠੀਕ ਹੈ, ਮੈਨੂੰ ਮੈਨੂੰ ਕੋਈ ਚੱਕਰ ਨਹੀਂ, ਮੈਨੂੰ ਕੋਈ ਚੱਕਰ ਨਹੀਂ, ਮੈਨੂੰ ਗਾਲਾਂ ਕੱਢੀ ਜਾਓ, ਮੇਰਾ ਮਜ਼ਾਕ ਉਡਾਈ ਜਾਓ, ਪਰ ਮੈਂ ਆਪਦੀ ਦੇਸੀ ਬੋਲੂੰਗਾ, ਮੈਂ ਆਪਦੀ ਬੋਲੀ ਦੇਸੀ ਬੋਲੂੰਗਾ, ਮੈਂ ਤਾਂ ਬਾਹਰ ਹੀ ਕਹੂੰਗਾ ਤਾਕਤ ਨੂੰ, ਠੀਕ ਆ। ਹੁਣ ਪਹਿਲਾਂ ਸਾਡੇ ਮੇਰਾ ਦਾਦਾ ਕਹਿੰਦਾ ਜੀ ਰੋ ਆ ਗਿਆ, ਠੀਕ ਆ, ਹੁਣ ਅਸੀਂ ਹੜ ਕਹਿਣ ਲੱਗ ਗਏ, ਇਦੋਂ ਬਾਅਦ ਜੇ ਬੋਲੀ ਬਦਲੀਏ ਫਿਰ ਫਲੱਡ ਕਹਿਣ ਲੱਗ ਜਾਂਗੇ। ਇਹ ਟਿਕਟ ਲੈਣ ਨੂੰ ਫਿਰਦਾ ਕਰਦਾ ਅਸਮਾਨ ਬਹੁਤ ਦੋਗਲਾ ਕਰਦਾਰ ਆ, ਚਾਰ ਪੀੜੀਆਂ ਦਾ ਮਾਲ ਲੁੱਟ ਕੇ ਬੰਬੇ ਨੇ ਕੋਠੀਆਂ ਲੈਣੀਆਂ, ਇੰਨਾ ਅਮੀਰ ਹੋ ਗਿਆ ਪੰਜਾਬੀ ਮਾਂ ਬੋਲੀ ਸਿਰ 'ਤੇ, ਅੱਜ ਇਹਨੂੰ ਪੰਜਾਬੀ ਮਾਂ ਬੋਲੀ ਮਾੜੀ ਲੱਗੀ ਜਾਂਦੀ। ਹੁਣ ਮੈਨੂੰ ਗਾਲਾਂ ਕੱਢ ਦਿਓ, ਕੁਛ ਮਰਜ਼ੀ ਕਰ ਦਿਓ, ਪਰ ਮੈਂ ਫਿਲਮ 'ਚ ਵੀ ਆਪਦੀ ਦੇਸੀ ਬੋਲੀ ਬੋਲੀ ਵੱਡੇ ਪਰਦੇ 'ਤੇ ਰੋਜ਼ ਹੀ ਦੇਸੀ ਬੋਲੀ ਬੋਲਦਾ, ਮੇਰਾ ਤੁਸੀਂ ਮਜ਼ਾਕ ਉਡਾਉਂਦੇ, ਮੱਸੀ ਕਹਿੰਦਾ ਐਂ ਕਹਿੰਦਾ, ਸਾਰਾ ਮੇਰਾ ਪੂਰਾ ਤੁਸੀਂ ਖਿੱਚਦੇ ਹੋ ਧਰ ਕੇ ਵੀ ਯਾਰ ਆਪਦੀ ਬਠਿੰਡੇ ਵਾਲੀ ਇੰਨੀ ਦੇਸੀ ਮਾਲਵੇ ਵਾਲੀ ਬੋਲੀ ਕਿਉਂ ਬੋਲਦਾ, ਮੈਂ ਤਾਂ ਤਾਕਤੇ ਨੂੰ ਗੇਟ ਨੂੰ ਵੀ ਬਾਹਰ ਕਹਿਣਾ, ਮੈਨੂੰ ਕੋਈ ਨਹੀਂ, ਹੱਸੀ ਜਾਓ ਯਾਰ, ਮੈਨੂੰ ਗਾਲਾਂ ਕੱਢੀਓ, ਮੈਨੂੰ ਕੋਈ ਚੱਕਰ ਨਹੀਂ, ਪਰ ਗੁਰਦਾਸ ਮਾਨ ਦੀ ਮਾੜੀ ਗੱਲ ਆ, ਜਿਵੇਂ ਹੰਸਰਾਜ ਨੇ ਭਾਜਪਾ ਤੋਂ ਟਿਕਟ ਲਈ ਆ, ਜਦੋਂ ਸਾਰੇ ਕਲਾਕਾਰ ਫੇਲ ਜੇ ਹੋ ਕੇ ਇੱਧਰ ਜਾਂਦੇ ਆ ਰਾਜਨੀਤੀ 'ਚ, ਉਦੋਂ ਇਹ ਐਂ ਕਰਦੇ ਆ, ਗੁਰਦਾਸ ਮਾਨ ਵੀ ਹੁਣ ਜਗਾੜ ਲਾਉਣ ਨੂੰ ਫਿਰਦਾ ਵੀ ਮੈਂ ਭਾਜਪਾ ਦੀ ਟਿਕਟ ਲੈਣਾ, ਪਤਾ ਨਹੀਂ ਉਪ ਮੁੱਖ ਮੰਤਰੀ ਬਣ ਜੂ ਪੰਜਾਬ ਦਾ, ਐਂ ਨਹੀਂ ਬਾਬੇ ਗੱਲਾਂ ਚੱਲਦੀਆਂ। ਬਾਈ ਕਹਿੰਦਾ ਬਾਈ ਡੇਰਿਆਂ ਬਾਰੇ ਤਾਂ ਮੈਂ ਗੱਲ ਨਹੀਂ ਕਰਦਾ, ਡੇਰਿਆਂ ਨੂੰ ਉਹ ਪ੍ਰਮੋਟ ਕਰਦਾ, ਉਹ ਗੱਲ ਵੱਖਰੀ ਆ, ਠੀਕ ਆ। ਬਾਈ ਕਹਿੰਦਾ ਸਰਸੇ ਵਾਲੇ ਦੇ ਖਾੜਾ ਲਾਇਆ ਸੀ ਯਾਰ, ਉਹ ਗੱਲਾਂ ਵੱਖਰੀਆਂ ਯਾਰ, ਜੇ ਬੇਸ਼ੱਕ ਉਹ 84 ਦੇ ਦੰਗੇ ਵਾਲੇ ਨਾਲ ਰਿਹਾ, ਕੁਛ ਵੀ ਰਿਹਾ ਯਾਰ, ਉਹ ਨਹੀਂ ਮੈਂ ਗੱਲਾਂ ਕਰਨੀਆਂ ਚਾਹੁੰਦਾ, ਉਹ ਤੁਸੀਂ ਕਮੈਂਟਾਂ 'ਚ ਕੁਛ ਮਰਜ਼ੀ ਲਿਖਿਓ, ਉਹ ਤਾਂ ਮੈਂ ਗੱਲਾਂ ਕਰਨੀਆਂ ਨਹੀਂ, ਪਰ ਗੱਲ ਗੁਰਦਾਸ ਮਾਨ ਦੀ ਇਹ ਕਰਦਾ ਵੀ ਬਹੁਤ ਮਾੜੀ ਗੱਲ ਆ, ਪੰਜਾਬੀ ਮਾਂ ਬੋਲੀ ਸਿਰ 'ਤੇ ਤੂੰ ਪਹਿਲਾਂ ਸਾਈਕਲ 'ਤੇ ਰਹਿੰਦਾ ਸੀ, ਇੰਨੀਆਂ ਮਹਿੰਗੀਆਂ ਗੱਡੀਆਂ 'ਤੇ ਚੜ੍ਹਾਤਾ ਤੈਨੂੰ ਬੋਲੀ ਨੇ, ਇੰਨੀ ਸ਼ੋਹਰਤ ਦੇ ਤੀ, ਤੇਰੀ ਲੋਕ ਰਿਸਪੈਕਟ ਕਰਦੇ ਸੀ, ਅਤੇ ਇਹ ਬਹੁਤ ਮਾੜੀ ਗੱਲ ਆ, ਬੋਲੀ ਨਾ ਆਪਦੀ ਛੱਡੋ, ਸੰਗ ਨਾ ਮੈਨੂੰ ਯਾਰ, ਸੰਗਰੂਰ ਵਾਲੇ ਤੀ ਬੋਲਦੇ ਆ, ਮਾਨਸਾ ਵਾਲੇ ਤੋਕੀ ਕਹਿੰਦੇ ਆ, ਮੈਂ ਕਹਿੰਦਾ ਐਤਕੀ, ਮੈਂ ਕਹਿੰਦਾ ਐਤਕੀ ਯਾਰ ਝੋਨੇ ਦਾ ਬਹੁਤ ਝਾੜ ਨਿਕਲੂ, ਜਾਂ ਇਸ ਵਾਰ ਝੋਨੇ ਦਾ ਬਹੁਤ ਝਾੜ ਨਿਕਲੂ, ਮਾਨਸਾ ਵਾਲੇ ਤੋਕੀ ਕਹੀ ਨੇ ਤੋਕੀ ਆ ਝਾੜ ਬਹੁਤ ਨਿਕਲੂ, ਕਿੰਨੀ ਦੇਸੀ ਬੋਲੀ ਆ, ਫਿਰ ਉਹ ਸੰਗ ਦੇ ਮਾਰੇ ਬੋਲੀ ਛੱਡਦੇ ਨੇ, ਮੇਰੀ ਕਿੰਨੀ ਦੇਸੀ ਬੋਲੀ ਆ, ਮੈਂ ਨਹੀਂ ਛੱਡਦਾ, ਮੈਂ ਫਿਲਮਾਂ 'ਚ ਵੀ ਨਹੀਂ ਛੱਡੀ, ਵੱਡੇ ਪਰਦੇ 'ਤੇ ਵੀ ਪਹੁੰਚਾਉਣੀ ਆ ਬੋਲੀ ਯਾਰ, ਇਹ ਬੋਲੀ ਦੀ ਤਾਂ ਸੰਗ ਮੰਨੋ ਹੀ ਨਾ, ਫਿਰ ਜੇ ਐਂ ਹੁਣ ਗੁਰਦਾਸ ਮਾਨ ਕਹਿੰਦਾ ਸਾਰੀ ਹਿੰਦੀ ਬੋਲਣੀ ਚਾਹੀਦਾ, ਫਿਰ ਐਂ ਕਰੋ ਆਪਾਂ ਧੋਤੀਆਂ ਬੋਲਣ ਲੱਗ ਜਾਓ, ਨਾ ਤਾਂ ਮੈਂ ਪੈਂਟ ਸ਼ਰਟ ਪਾਵਾਂ ਅਤੇ ਨਾ ਹੀ ਮੈਂ ਕੋਈ ਕੁੜਤਾ ਪਜਾਮਾ ਪਾਵਾਂ, ਧੋਤੀਆਂ ਬੰਨਣ ਲੱਗ ਜਾਂਦੇ ਹਾਂ ਅਤੇ ਖਾਣਾ ਵੀ ਰੋਟੀ ਛੱਡ ਕੇ ਚੌਲ ਖਾਣ ਲੱਗ ਜਾਂਦੇ ਹਾਂ, ਫਿਰ ਇਹ ਬਹੁਤ ਮਾੜੀ ਗੱਲ ਆ ਬਾਈ, ਮੇਰਾ ਬਹੁਤ ਮਜ਼ਾਕ ਉਡਾਉਂਦੇ ਵੀ ਤੇਰੀ ਆਏ ਆ ਤੇਰੀ ਆਏ ਬੋਲੀ, ਅਤੇ ਮੈਨੂੰ ਕੋਈ ਚੱਕਰ ਨਹੀਂ, ਡਾਈ ਜਾਓ ਮਜ਼ਾਕ, ਠੀਕ ਆ। ਬਠਿੰਡਾ ਕਰਵਾਤਾ ਉਸਤਾਦ, ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ, ਬਠਿੰਡੇ ਵਾਲੇ ਕੀ, ਮੈਨੂੰ ਆਪਾਂ ਨੂੰ ਸਾਰਾ ਪੰਜਾਬ ਹੀ ਆਪਾਂ ਨੂੰ ਇੱਕੋ ਜਗ੍ਹਾ, ਜੇ ਮੈਂ ਬਠਿੰਡੇ ਦਾ ਕੋਈ ਚੱਕਰ ਨਹੀਂ, ਸਾਰਾ ਪੰਜਾਬ ਆਪਾਂ ਨੂੰ ਇੱਕੋ ਜਗ੍ਹਾ। ਭਾਈ ਕਹਿੰਦਾ ਤੇਰੀ ਫਿਲਮ ਬਹੁਤ ਹਿੱਟ ਸੀ, ਧੰਨਵਾਦ। ਹੁਣ ਸਿੱਧੂ ਮੂਸੇਵਾਲੇ ਤੋਂ ਬਾਅਦ ਗੁਰਦਾਸ ਮਾਨ ਵਿਵਾਦਾਂ 'ਚ ਘਿਰਦੇ ਜਾ ਰਹੇ ਨੇ, ਲੋਕਾਂ ਦਾ ਗੁਰਦਾਸ ਮਾਨ ਪ੍ਰਤੀ ਗੁੱਸਾ ਵੱਧਦਾ ਜਾ ਰਿਹਾ। ਜਲੰਧਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ, ਰੋਜ਼ਾਨਾ ਟਾਈਮਜ਼।